ਦੇਖਦੇ ਹੋ ਕਿ ਗੱਡੀਆਂ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਬੜੇ ਹੀ ਔਖੇ ਤਰੀਕੇ ਦੇ ਨਾਲ ਕੱਢੀਆਂ ਜਾ ਰਹੀਆਂ ਨੇ ਔਰ ਖੱਡਿਆਂ ਦੇ ਕਾਰਨ ਗੱਡੀਆਂ ਨੂੰ ਇੱਧਰ ਦਾ ਉੱਧਰ ਉੱਧਰੋਂ ਦੀ ਇੱਧਰ ਮੋੜਨਾ ਪੈਂਦਾ ਹੈ, ਜਿਹਦੇ ਕਰਕੇ ਐਕਸੀਡੈਂਟ ਹੋਣ ਦਾ ਖਤਰਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਵੱਧ ਜਾਂਦਾ ਹੈ। ਖਾਸ ਕਰਕੇ ਜਿਹੜੇ ਈ ਰਿਕਸ਼ਾ ਅਤੇ ਦੋਪਹੀਆ ਵਾਹਨ ਹਨ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਖਤਰਨਾਕ ਹਨ ਇਹ ਖੱਡੇ। ਕੱਲ੍ਹ ਨੂੰ ਜੇਕਰ ਇਹਨਾਂ ਖੱਡਿਆਂ ਦੇ ਵਿੱਚ ਡਿੱਗ ਕੇ ਕਿਸੇ ਵੀ ਬੰਦੇ ਦੀ ਕਿਸੇ ਵੀ ਸ਼ਖਸ ਦੀ ਅਗਰ ਜਾਨ ਚਲੇ ਜਾਂਦੀ ਹੈ ਜਾਂ ਉਸਨੂੰ ਕੋਈ ਹੋਰ ਕਿਸੇ ਤਰੀਕੇ ਦਾ ਨੁਕਸਾਨ ਹੁੰਦਾ ਹੈ ਤਾਂ ਹੈਰਾਨਗੀ ਦੀ ਗੱਲ ਹੈ ਕਿ ਉਸਦਾ ਜ਼ਿੰਮੇਵਾਰ ਕੌਣ ਹੋਏਗਾ, ਇਹ ਜਵਾਬਦਾਰੀ ਇਹ ਕੌਣ ਦੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਸੀ ਸਾਈ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਔਰ ਇਸ ਵੇਲੇ ਮੈਂ ਖੜਾ ਹਾਂ ਮੇਨ ਬਾਜ਼ਾਰ ਮੀਰਾਂ ਸਾਹਿਬ ਵਿੱਚ, ਜਿੱਥੇ ਕਿ ਤੁਸੀਂ ਦੇਖ ਰਹੇ ਹੋ ਕਿ ਹਾਲਾਤ ਜੋ ਸਾਹਮਣੇ ਸੜਕ ਦੇ ਨੇ ਉਹ ਹਾਲਾਤ ਐਸੇ ਨੇ ਕਿ ਇਸ ਵੇਲੇ ਤੱਕ ਇਹ ਨਹੀਂ ਸਮਝ ਵਿੱਚ ਆ ਰਿਹਾ ਕਿ ਕਿੱਥੇ ਸੜਕ ਹੈ ਤੇ ਕਿੱਥੇ ਖੱਡੇ ਨੇ। ਗੱਡੀਆਂ ਨੂੰ ਘੁੰਮ ਘੁੰਮ ਕੇ ਨਿਕਲਣਾ ਪੈ ਰਿਹਾ, ਜਿਹਦੇ ਕਾਰਨ ਕੁਛ ਕੁ ਸਮਾਂ ਪਹਿਲਾਂ ਇਹ ਬਾਰਿਸ਼ ਨੇ ਪਈ ਸੀ ਔਰ ਬਾਰਿਸ਼ ਜਾਂ ਮੀਂਹ ਪੈਣ ਦੇ ਕਾਰਨ ਇਹ ਖੱਡੇ ਬਹੁਤ ਵੱਧ ਚੁੱਕੇ ਨੇ ਔਰ ਇਹ ਹਾਲਾਤ ਜਿਹੜੇ ਨੇ ਮੀਰਾ ਸਾਹਿਬ ਮੇਨ ਬਾਜ਼ਾਰ ਦੇ ਨੇ। ਹਰ ਵਾਰ ਇਹ ਸੜਕ ਬਣਦੀ ਹੈ, ਕੁਛ ਕੁ ਦਿਨ ਰਹਿੰਦੀ ਹੈ, ਜਦੋਂ ਵੀ ਮਾੜਾ ਜਿਹਾ ਮੀਂਹ ਪੈਂਦਾ ਹੈ ਤੇ ਹਾਲਾਤ ਏਡੇ ਏਡੇ ਵੱਡੇ ਜਿਹੜੇ ਆ ਉਹ ਖੱਡੇ ਪੈ ਜਾਂਦੇ ਨੇ। ਤੋ ਮੀਰਾ ਸਾਹਿਬ ਮੇਨ ਬਾਜ਼ਾਰ ਦੀਆਂ ਲਾਈਵ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਔਰ ਇਹ ਇੰਨੀਆਂ ਮਾੜੀਆਂ ਨੇ ਕਿ ਹਾਲਾਤ ਏਡੇ ਮਾੜੇ ਨੇ ਕਿ ਖੱਡਿਆਂ ਦੇ ਉੱਤੇ ਸੜਕ ਹੈ ਜਾਂ ਸੜਕ ਦੇ ਵਿੱਚ ਖੱਡੇ ਨੇ ਇਹ ਕੁਛ ਸਮਝ ਨਹੀਂ ਆ ਰਹੀ, ਕਿਉਂਕਿ ਤੁਸੀਂ ਦੇਖ ਰਹੇ ਹੋ ਕਿ ਟੂ ਵੀਲਰ ਥ੍ਰੀ ਵੀਲਰ ਔਰ ਚੁਪਹੀਆ ਵਾਹਨ ਜਿਹੜੇ ਇੱਥੇ ਚੱਲਦੇ ਨੇ। ਆਓ ਕੁਛ ਕੁ ਵੀਰਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਇੱਥੋਂ ਲੰਘੇ ਚੋਂ ਨੇ, ਜਿਹੜੇ ਲੰਘ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਤੁਹਾਨੂੰ ਦਿਖਾਉਂਦੇ ਹਾਂ ਕਿ ਉਹਨਾਂ ਦਾ ਕੀ ਕਹਿਣਾ ਹੈ। ਵੀਰ ਜੀ ਕੀ ਕਹਿਣਾ ਚਾਹੋਗੇ ਸੜਕ ਦੇ ਬਾਰੇ? ਤੁਸੀਂ ਹੁਣ ਗੱਡੀ ਕੱਢ ਕੇ ਲਿਆਂਦੀ ਹੈ, ਤੁਹਾਡੀ ਗੱਡੀ ਬੜੀ ਸਮੂਥ ਚੱਲ ਕੇ ਆਈ ਹੈ ਲੱਗਦਾ। ਬਹੁਤ ਬੁਰੀ ਹਾਲ ਹੈ, ਬਹੁਤ ਪਰੇਸ਼ਾਨੀ ਹੁੰਦੀ ਹੈ। ਕਹਿਣਾ ਇਹ ਚਾਹਾਂਗੇ ਅਸੀਂ ਕਿ ਦੇਖੋ ਜੀ ਅਸੀਂ ਰੋਡ ਟੈਕਸ ਵੀ ਪੇ ਕਰ ਰਹੇ ਹਾਂ, 11% ਜਿਹੜੇ ਗੱਡੀ ਨਵੀਂ ਨਿਕਲ ਰਹੀ ਹੈ ਉਹਦਾ ਟੈਕਸ ਵੀ ਸਾਨੂੰ ਇਹਨਾਂ ਨੇ ਯੂਟੀ ਬਣਾ ਦਿੱਤੀ ਹੈ। ਯੂਟੀ ਵਿੱਚ ਵੈਸੇ ਇਹ ਹੋਣਾ ਨਹੀਂ ਚਾਹੀਦਾ, ਯੂਟੀ ਦਾ ਸਾਨੂੰ ਕੋਈ ਬੈਨੀਫਿਟ ਨਹੀਂ ਦੇ ਰਹੇ। ਰੋਡ ਟੈਕਸ ਅਸੀਂ, ਟੋਲ ਟੈਕਸ ਅਸੀਂ ਪੇ ਕਰ ਰਹੇ ਹਾਂ, ਫਿਰ ਵੀ ਰੋਡਾਂ ਦੀ ਕੰਡੀਸ਼ਨ ਦੇਖ ਲਓ। ਇਹ ਮੇਨ ਬਾਜ਼ਾਰ ਮੀਰਾ ਸਾਹਿਬ ਹੈ, ਜਾਮ ਦੇ ਕਾਰਨ ਐਕਸੀਡੈਂਟ ਇੱਥੇ ਇੰਨੇ ਹੋ ਰਹੇ ਹਨ, ਆਮ ਪਬਲਿਕ ਨੂੰ ਸਭ ਕੁਛ ਪਤਾ, ਸਿਰਫ ਬੋਲ ਨਹੀਂ ਰਹੇ। ਗੌਰਮੈਂਟ ਤੋਂ ਡਰਦੇ ਤਾਂ ਨਹੀਂ ਬੋਲਦੇ ਜੀ। ਤੁਸੀਂ ਦੇਖ ਰਹੇ ਹੋ ਕਿ ਇਹ ਮੀਰਾ ਸਾਹਿਬ ਦੀ ਰੋਡ ਹੈ, ਗੱਡੀਆਂ ਬੜੀ ਹੀ ਮੁਸ਼ਕਿਲ ਦੇ ਨਾਲ ਇਹਨਾਂ ਖੱਡਿਆਂ ਦੇ ਵਿੱਚੋਂ ਨਿਕਲ ਰਹੀਆਂ ਹਨ। ਬਹੁਤ ਹੀ ਮਾੜੇ ਹਾਲਾਤ ਨੇ ਮੀਰਾ ਸਾਹਿਬ ਦੇ, ਬੜੇ ਹੀ ਹਾਲਾਤ ਮਾੜੇ ਨੇ ਮੀਰਾ ਸਾਹਿਬ ਦੇ। ਦੇਖੀ ਤੁਸੀਂ ਮੇਨ ਬਾਜ਼ਾਰ ਮੀਰਾ ਸਾਹਿਬ ਦੀ ਇਹ ਰੋਡ ਹੈ, ਲੋਕਾਂ ਨੂੰ ਤਾਂ ਸਮਝ ਨਹੀਂ ਆ ਰਹੀ ਕਿ ਗੱਡੀ ਕਿਹੜੇ ਪਾਸੋਂ ਕੱਢੀਏ, ਕਿਉਂਕਿ ਸੜਕ ਦੇ ਲਗਭਗ ਹਰ ਇੱਕ ਪਾਸੇ ਖੱਡੇ ਹੀ ਖੱਡੇ ਨੇ ਔਰ ਗੱਡੀ ਇੰਨੀ ਮੁਸ਼ਕਿਲ ਦੇ ਨਾਲ ਜਿਹੜੀ ਹੈ ਚਲਾਈ ਜਾ ਰਹੀ ਹੈ, ਭਾਵੇਂ ਉਹ ਦੋ ਪਹੀਆ ਹੋਵੇ ਜਾਂ ਚੁਪਹੀਆ ਵਾਹਨ ਹੋਏ। ਤੁਸੀਂ ਦੇਖ ਰਹੇ ਹੋ ਕਿ ਕਿਵੇਂ ਬੜੇ ਹੀ ਔਖੇ ਤਰੀਕੇ ਦੇ ਨਾਲ ਗੱਡੀਆਂ ਚਲਾ ਰਹੇ ਨੇ ਲੋਕ, ਇਹ ਸੜਕ ਦੇ ਹਾਲਾਤ ਏਡੇ ਮਾੜੇ ਨੇ
ਕਿ ਗੱਡੀਆਂ ਜਿਸ ਵੇਲੇ ਖੱਡਿਆਂ ਨੂੰ ਪਾਰ ਕਰਦੀਆਂ ਨੇ ਤੇ ਥੱਲੇ ਲੱਗ ਜਾਂਦੀਆਂ ਨੇ। ਤੁਸੀਂ ਦੇਖ ਰਹੇ ਹੋ ਕਿ ਮੀਰਾਂ ਸਾਹਿਬ ਮੇਨ ਬਾਜ਼ਾਰ ਦੇ ਵਿੱਚ ਇਸ ਵੇਲੇ ਇਹ ਹਾਲਾਤ ਨੇ ਸੜਕ ਦੇ। ਕੀ ਕਹਿਣਾ ਚਾਹੋਗੇ ਭਾਜੀ, ਸੜਕ ਸਮੂਥ ਆ ਲੱਗਦਾ ਮਾਰੇ, ਇਹ ਪਾਣੀ ਨਹੀਂ ਨਿਕਲਦਾ, ਕਿੱਥੇ ਜਾਏਗਾ ਪਾਣੀ, ਜਦੋਂ ਪਾਣੀ ਨਿਕਲ ਰੋਡ ਚਲੇਗਾ ਨਾ। ਹਾਂਜੀ ਹਾਂਜੀ, ਰੋਡ ਖਰਾਬ ਰਹੇਗਾ ਮਾ, ਜਦੋਂ ਪਾਣੀ ਦਾ ਨਾਲੀ ਨਿਕਲੇਗੀ ਰਸਤਾ ਕਿੱਥੇ ਸਾਫ ਹੋਏਗਾ। ਹਾਲਾਤ ਤੇ ਮਾੜੇ ਹੀ ਨਾ ਫਿਰ ਸਰ, ਜਲਦ ਸਾਰੇ ਰੋਡ ਬਣਾਈ ਜਾਏ ਬਸ, ਸਾਡੇ ਅੱਗੇ ਇਹੀ ਪ੍ਰਾਰਥਨਾ ਹੈ। ਤੁਸੀਂ ਦੇਖ ਰਹੇ ਹੋ ਕਿ ਮੀਰਾ ਸਾਹਿਬ ਮੇਨ ਬਾਜ਼ਾਰ ਦੇ ਵਿੱਚ ਜਿੱਥੇ ਕਿ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੈ ਔਰ ਗੱਡੀਆਂ ਵੀ ਬਹੁਤ ਘਣੀਆਂ ਚੱਲਦੀਆਂ ਨੇ, ਔਰ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਦੇ ਹਾਲਾਤ ਏਡੇ ਮਾੜੇ ਨੇ ਕਿ ਸੜਕ ਦੇ ਵਿੱਚੋਂ ਲੰਘਦੇ ਹੋਏ ਕਿਸੇ ਵੀ ਸਮੇਂ ਕੋਈ ਵੀ ਐਕਸੀਡੈਂਟ ਹੋ ਸਕਦਾ ਹੈ। ਕਾਰ ਦੇਖੋ ਕਿਤਨੇ ਹੀ ਬੁਰੇ ਤਰੀਕੇ ਦੇ ਨਾਲ ਜਿਹੜੀ ਹੈ ਥੱਲੇ ਵੱਜ ਕੇ ਨਿਕਲੀ ਹੈ। ਅਸੀਂ ਗੱਲਬਾਤ ਕਰਦੇ ਹਾਂ, ਕੋਈ ਕੀ ਕਹਿਣਾ ਚਾਹੋਗੇ ਜੀ ਸੜਕ ਦੇ ਬਾਰੇ 'ਚ? ਸਾਰੇ ਰੋਡ ਬਹੁਤ ਖਰਾਬ ਹੋ ਰਹੀ ਹੈ ਬਾਰਿਸ਼ ਦੇ ਕਾਰਨ, ਸ਼ਾਇਦ ਤੁਹਾਡੀ ਗੱਡੀ ਵੀ ਥੱਲੇ ਲੱਗੀ ਹੈ। ਜੀ ਬਿਲਕੁਲ ਬਿਲਕੁਲ ਸਰ, ਲੱਗੀ ਸਾਡੀ ਗੱਡੀ। ਤੇ ਹੁਣ ਕੀ ਮੰਗਦੇ ਹੋ ਸਰਕਾਰ ਕੋਲੋਂ? ਸਰ ਸਰਕਾਰ ਕੋਲੋਂ ਇਹ ਮੰਗਾਂਗੇ ਕਿ ਜਲਦ ਤੋਂ ਜਲਦ ਰੋਡ ਬਣਾਈ ਜਾਏ। ਹੋਰ ਕੀ? ਤੋ ਹਾਲਾਤ ਇੰਨੇ ਮਾੜੇ ਨੇ ਕਿ ਤੁਸੀਂ ਦੇਖ ਰਹੇ ਹੋ ਕਿ ਸੜਕ ਦੇ ਵਿੱਚੋਂ ਗੱਡੀਆਂ ਜਿਹੜੀਆਂ ਨੇ ਉਹ ਨਿਕਲ ਕੇ ਜਾ ਰਹੀਆਂ ਨੇ, ਮਗਰ ਏਡੇ ਏਡੇ ਵੱਡੇ ਖੱਡੇ ਪਏ ਹੋਏ ਨੇ। ਇਹਨਾਂ ਖੱਡਿਆਂ ਦੇ ਵਿੱਚ ਸੜਕ ਹੈ ਜਾਂ ਸੜਕ ਦੇ ਵਿੱਚ ਖੱਡੇ ਨੇ, ਇਹ ਤਾਂ ਸਾਨੂੰ ਵੀ ਸਮਝ ਨਹੀਂ ਆ ਰਹੀ। ਪਰ ਇਹ ਹੈ ਮੇਨ ਬਾਜ਼ਾਰ ਮੀਰਾ ਸਾਹਿਬ, ਇਸ ਵੇਲੇ ਅਸੀਂ ਖੜੇ ਹਾਂ ਮੇਨ ਬਾਜ਼ਾਰ ਮੀਰਾ ਸਾਹਿਬ ਦੇ ਵਿੱਚੋਂ। ਤੁਸੀਂ ਦੇਖਿਆ ਕਿ ਇੱਕ ਆਟੋ ਵਾਲਾ ਵੀ ਜਿਹੜਾ ਹੈ ਉਹ ਨਿਕਲ ਕੇ ਜਾ ਰਿਹਾ, ਤੇ ਪਹੀਆ ਵਾਹਨ ਹੈ, ਤਿੰਨ ਪਹੀਏ ਨੇ ਇਹਦੇ। ਇੱਥੋਂ ਗੱਡੀ ਕਰਦੇ ਕਿੰਨੀ ਕੁ ਮੁਸ਼ਕਲ ਹੋ ਰਹੀ ਹੈ ਤੁਹਾਨੂੰ? ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ। ਕੀ ਪਰੇਸ਼ਾਨੀ ਆ ਰਹੀ ਹੈ ਇਸ ਵੇਲੇ ਹੋਰ ਤੁਹਾਨੂੰ? ਮਤਲਬ ਕਿ ਇੱਕ ਵਾਰੀ ਗੱਡੀ ਲੈ ਕੇ ਆ ਰਹੇ, ਗੱਡੀ ਪਲਟੀ ਵੀ ਹੈ ਤੇ ਬੰਦੇ ਦੇ ਰਿਮ ਟੁੱਟ ਗਏ। ਕਿਹਦੀ ਗੱਡੀ ਪਲਟੀ? ਤਿੰਨ ਟੈਰੀ ਆਟੋ ਦੀ। ਤਿੰਨ ਟੈਰੀ ਆਟੋ ਕਦੋਂ ਪਲਟਿਆ ਸੀ? ਇਹ ਕੋਈ ਹਫ਼ਤਾ ਦੋ ਹਫ਼ਤੇ ਪਹਿਲੇ। ਮਤਲਬ ਉਦੋਂ ਦੀ ਸੜਕ ਦੇ ਹਾਲਾਤ ਇਹੀ ਨੇ ਇੱਥੇ। ਤੇ ਹੁਣ ਕੀ ਮੰਗਦੇ ਹੋ ਸਰਕਾਰ ਕੋਲੋਂ? ਇਹ ਬੰਨੀ ਚਾਹੀਦੀ ਹੈ ਰੋਡ ਅੰਕਲ ਜੀ। ਵੋਟਾਂ ਕਿਹਨੂੰ ਪਾਓਗੇ? ਬੀਜੇਪੀ ਨੂੰ। ਬੀਜੇਪੀ ਨੂੰ? ਤੇ ਇਹ ਸੜਕ ਕਿਹਨੇ ਬਣਾਈ ਹੈ? ਤੁਸੀਂ ਦੇਖ ਰਹੇ ਹੋ ਕਿ ਲੋਕਾਂ ਨੂੰ ਪਤਾ ਵੀ ਹੈ ਕਿ ਅਸੀਂ ਵੋਟ ਕਿਹਨੂੰ ਪਾਇਆ, ਕਿਹਨੇ ਸੜਕ ਬਣਾਉਣੀ ਸੀ, ਕਿਹੜੀ ਸਰਕਾਰ ਨੇ ਬਣਾਉਣੀ ਸੀ, ਮਗਰ ਹਾਲਾਤ ਇੰਨੇ ਮਾੜੇ ਨੇ ਕਿ ਗੱਡੀਆਂ ਜਿਸਲੇ ਤੁਸੀਂ ਦੇਖ ਰਹੇ ਹੋ ਕਿ ਕਿੰਨਾ ਵੱਡਾ ਖੱਡਾ ਔਰ ਇਹਦੇ ਵਿੱਚ ਵੱਜ ਕੇ ਨਿਕਲ ਰਹੀ ਹੈ ਗੱਡੀ, ਪਰ ਬੜੇ ਹੀ ਆਰਾਮ ਦੇ ਨਾਲ ਗੱਡੀ ਕੱਢ ਰਹੇ ਨੇ। ਬਹੁਤ ਹੀ ਮਾੜੇ ਹਾਲਾਤ ਨੇ ਗੱਡੀਆਂ ਦੇ, ਟੂ ਵੀਲਰ ਜਿਹੜੇ ਨੇ ਉਹ ਇੰਨੀ ਹੀ ਮੁਸ਼ਕਿਲ ਦੇ ਨਾਲ, ਜਿਵੇਂ ਕਿ ਦੇਖੋ ਤੁਸੀਂ ਏਡੇ ਏਡੇ ਵੱਡੇ ਖੱਡੇ ਨੇ। ਕੀ ਕਹਿਣਾ ਚਾਹੋਗੇ ਜੀ ਤੁਸੀਂ ਸੜਕ ਦੇਖ ਕੇ? ਇਹ ਬੜਾ ਬੁਰਾ ਹਾਲ ਹੈ ਜੀ, ਦੇਖੋ ਕੀ ਹਾਲ ਤਾਂ ਮਹਾਰਾਜ ਇਹਦਾ, ਇੱਥੇ ਡਿੱਗ ਰੋਜ਼ ਇੱਕ ਅੱਧਾ ਬੰਦਾ ਡਿੱਗਿਆ ਹੁੰਦਾ, ਬੜਾ ਬੁਰਾ ਹਾਲ ਹੈ। ਮੈਂ ਕਹਿੰਦਾ ਮੋਦੀ ਕਹਿ ਰਿਹਾ ਇਹ ਕਰ ਰਿਹਾ ਉਹ ਕਰ ਰਿਹਾ, ਦੇਖੋ ਜਿਹੜੀ ਹਾਲਤ ਹੈ ਮੋਦੀ ਨੇ ਕੀਤੀ। ਮੋਦੀ ਨੇ ਬੁਰਾ ਹਾਲ ਕਰ ਰੱਖਿਆ, ਜਿੰਨਾ ਕੁ ਦਿਖਾ ਰਿਹਾ ਉਨਾ ਕੁ ਹੋ ਨੀ ਰਿਹਾ ਦੁਨੀਆਂ ਚ। ਜਿੰਨਾ ਕੁ ਦਿਖਾ ਰਹੇ ਨੇ ਉਨਾ ਕੁ ਹੋ ਨੀ ਰਿਹਾ ਇਸ ਦੁਨੀਆਂ ਦੇ ਵਿੱਚ, ਔਰ ਮਾੜੇ ਹਾਲਾਤ ਨੇ। ਜਿਵੇਂ
ਗੱਡੀਆਂ ਦੇ ਵੀ ਹਾਲਾਤ ਤੁਸੀਂ ਦੇਖ ਲਓ ਕਿ ਸੜਕ ਹੈ ਖਾਲੀ ਮਗਰ ਸਿਰਫ ਇਹਨਾਂ ਖੱਡਿਆਂ ਦੀ ਕਰਕੇ ਲੋਕਾਂ ਨੂੰ ਗੱਡੀ ਜਿਹੜੀ ਹੈ ਘੁਮਾ ਕੇ ਲੈ ਕੇ ਜਾਣੀ ਪੈਂਦੀ ਹੈ ਔਰ ਇੰਨੇ ਮਾੜੇ ਹਾਲਾਤ ਨੇ ਇਸ ਇਲਾਕੇ ਦੇ ਮੀਰਾਂ ਸਾਹਿਬ ਮੇਨ ਬਾਜ਼ਾਰ ਦੇ ਵਿੱਚ ਇਹ ਜੋ ਰੋਡ ਹੈ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਕਿਸ ਤਰੀਕੇ ਦੇ ਨਾਲ ਹਾਂਜੀ ਵੀਰ ਜੀ ਸੜਕ ਦੇ ਹਾਲਾਤ ਦੇਖ ਕੇ ਕੀ ਕਹਿਣਾ ਚਾਹੋਗੇ ਇਹ ਜਨਾਬ ਇਹ ਜਿੰਨੇ ਵੀ ਇਹ ਦੁਕਾਨਦਾਰ ਨਾ ਇਹ ਜਿੰਨੇ ਵੀ ਆਣਾ ਹਾਂਜੀ ਇਹ ਪਾਣੀ ਡੋਲਦੇ ਨੇ ਝੂਠਾ ਖੱਡਾ ਛੋਟਾ ਪੈਂਦਾ ਜਦੋਂ ਬਾਹਰ ਛੱਡੀ ਖੱਡਾ ਵੱਡਾ ਹੋ ਜਾਂਦਾ ਤੇ ਹੁਣ ਕੀ ਕਹੋਗੇ ਫਿਰ ਇੱਥੇ ਹੁਣ ਤੁਸੀਂ ਹੁਣ ਇਹ ਹੈ ਕਿ ਦੁਕਾਨਦਾਰਾਂ ਨੂੰ ਥੋੜੀ ਜਿਹੀ ਸੋਚ ਚਾਹੀਦੀ ਹੈ ਕਿ ਪਾਣੀ ਨਾ ਸੁੱਟਣ ਟੁੱਟੀ ਸੜਕ ਮਨਜ਼ੂਰ ਹੈ ਨਹੀਂ ਸਰ ਕੌਣ ਬਣਾਏਗਾ ਤੇ ਫਿਰ ਤੁਹਾਨੂੰ ਚਾਹੀਦੀ ਹੈ ਸੜਕ ਜਾਂ ਨਹੀਂ ਚਾਹੀਦੀ ਫਿਰ ਕੀ ਕਰੋਗੇ ਹੁਣ ਇੱਥੇ ਹੁਣ ਕਿਹਦੇ ਵੱਲੋਂ ਮੰਗ ਕਰਦੇ ਹੋ ਸਰਕਾਰ ਅੱਗੇ ਕਰ ਰਿਹਾ ਮੀਡੀਆ ਤਰਫੋਂ ਭਾਈ ਆਓ ਕਿ ਸੜਕ ਬਣੇ ਦੇ ਜਿਹੜੇ ਆਟੋ ਬੜੀ ਈ ਰਿਕਸ਼ਾ ਬੜੀ ਜਲਦੀ ਪੁੱਠੇ ਹੁੰਦੇ ਨੇ ਇਹਦਾ ਬੜਾ ਬਹੁਤ ਜ਼ਿਆਦਾ ਖਤਰਾ ਹੈ ਤੇ ਬਣ ਜਾਏ ਤਾਂ ਅੱਛੀ ਗੱਲ ਹੈ ਬਿਲਕੁਲ ਤੇ ਤੁਸੀਂ ਦੇਖਿਆ ਕਿ ਕਹਿੰਦੇ ਨੇ ਕਿ ਈ ਰਿਕਸ਼ਾ ਬੜੇ ਪੁੱਠੇ ਹੁੰਦੇ ਨੇ ਔਰ ਦੇਖੋ ਕਿ ਏਡੇ ਜ਼ਿਆਦਾ ਹਾਲਾਤ ਮਾੜੇ ਨੇ ਕਿ ਸਮਝ ਨਹੀਂ ਆਉਂਦੀ ਕਿ ਮੈਂ ਉਹੀ ਪਹਿਲਾਂ ਵੀ ਕਿਹਾ ਸੀ ਕਿ ਸੜਕ ਦੇ ਵਿੱਚ ਖੱਡੇ ਨੇ ਜਾਂ ਖੱਡਿਆਂ ਦੇ ਵਿੱਚ ਸੜਕ ਹੈ ਇਹ ਨਹੀਂ ਸਮਝ ਆ ਰਹੀ ਹਜੇ ਤੱਕ ਕਿ ਏਡੇ ਮਾੜੇ ਹਾਲਾਤ ਨੇ ਤੇ ਜਿਵੇਂ ਕਿ ਗੱਡੀਆਂ ਦੇਖੋ ਤੁਸੀਂ ਜਾ ਰਹੀਆਂ ਨੇ ਲੇਕਿਨ ਏਡੇ ਏਡੇ ਵੱਡੇ ਖੱਡਿਆਂ ਦੇ ਵਿੱਚੋਂ ਕਿਵੇਂ ਟਪਾ ਕੇ ਲੈ ਕੇ ਜਾ ਰਹੇ ਨੇ ਹੈਰਾਨਗੀ ਦੀ ਗੱਲ ਤਾਂ ਇਹ ਹੈ ਕੁਝ ਗੱਡੀਆਂ ਐਸੀਆਂ ਨੇ ਜਿਹੜੀਆਂ ਥੱਲੇ ਵੀ ਲੱਗ ਰਹੀਆਂ ਨੇ ਤਪਈਆ ਵਾਹਨ ਖਾਸ ਕਰਕੇ ਜਿਹੜੇ ਨੇ ਉਹ ਬੜੇ ਹਾਲਾਤ ਮਾੜੇ ਨੇ ਭਾਜੀ ਸੜਕ ਦੇ ਹਾਲਾਤ ਦੇਖ ਕੇ ਕੀ ਕਹਿਣਾ ਚਾਹੋਗੇ ਹੈ ਤਾਂ ਬੁਰਾ ਹਾਲ ਹੈ ਸਰ ਹਰ 6 ਮਹੀਨੇ ਬਾਅਦ ਡਾਲਤੇ ਹੈ ਯਾ ਇਹ ਟੁੱਟ ਜਾਂਦਾ ਹੈ ਤੋ ਮਰਾਲੂ ਮੈਂ ਮਤਲਬ ਹਰ 6 ਮਹੀਨੇ ਬਾਅਦ ਟੁੱਟ ਜਾਂਦਾ ਹੈ ਬਿਲਕੁਲ ਬਿਲਕੁਲ ਸਰ ਤੋ ਹਰ 6 ਮਹੀਨੇ ਬਾਅਦ ਇਹ ਸੜਕ ਜਿਹੜੀ ਹੈ ਇਹ ਟੁੱਟ ਜਾਂਦੀ ਹੈ ਜਿਵੇਂ ਕਿ ਸਰਦਾਰ ਸਾਹਿਬ ਵੀ ਸਾਡੇ ਕੋਲ ਆਏ ਨੇ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨਾਲ ਗੱਲ ਕਰਨ ਦੀ ਥੋੜਾ ਸਾਈਡ ਤੇ ਕਰ ਲਓ ਥੋੜਾ ਸਾਈਡ ਤੇ ਕਰ ਲਓ ਵੀ ਇੱਧਰ ਆ ਜਾਓ ਤੁਸੀਂ 2 ਪਹੀਆ ਵਾਹਨ ਲੈ ਕੇ ਆ ਰਹੇ ਹੋ ਸਕੂਟੀ ਲੈ ਕੇ ਆ ਰਹੇ ਹੋ ਔਰ ਤੁਹਾਡੀ ਏਜ ਵੀ ਸੁਖ ਨਾਲ ਬਹੁਤ ਹੈ 72 ਸਾਲ ਤੇ ਇੱਥੋਂ ਸੜਕ ਤੋਂ ਜਿਸ ਵੇਲੇ ਲੰਘਦੇ ਹੋ ਤਾਂ ਕੀ ਮਹਿਸੂਸ ਕਰਦੇ ਹੋ ਮੈਂ ਪੱਕਾ ਵੱਜੇ ਦੇ ਹੁਣ ਵੱਜੇ ਫਿਰ ਵੱਜੇ ਬਸ ਰਸ਼ ਬਹੁਤ ਹੁੰਦਾ ਇੱਥੇ ਤੇ ਖੱਡੇ ਹੀ ਖੱਡੇ ਨੇ ਇੱਥੇ ਬਸ ਤੇ ਹੁਣ ਹਰ ਮਹੀਨੇ ਬਾਅਦ ਖੱਡੇ ਪੈ ਜਾਂਦੇ ਨੇ ਹਰ ਵਾਰੀ ਲੋਕ ਪਾਉਂਦੇ ਨੇ ਉਹ ਫਿਰ ਬਾਰਿਸ਼ ਪੈਂਦੀ ਫਿਰ ਨਿਕਲ ਜਾਂਦੀ ਹੈ ਫਿਰ ਐਸਾ ਕੀ ਹੈ ਕਿਤੇ ਲੋਕੀ ਪਾਉਂਦੇ ਨੇ ਜਾਂ ਖਾਲੀ ਕੰਕਰਾ ਹੀ ਪਾ ਕੇ ਨਿਕਲ ਜਾਂਦੇ ਕਈ ਵਾਰੀ ਕੰਕਰਾ ਹੀ ਪਾ ਕੇ ਨਿਕਲ ਜਾਂਦੇ ਨੇ ਕਈ ਵਾਰੀ ਮਾੜੀ ਮੋਟੀ ਲੋਕ ਪਾ ਕੇ ਉੱਪਰ ਪਹੁੰਚ ਜਾਂਦੇ ਨੇ ਬਈ ਲੋਕ ਪਾ ਦਿੱਤੀ ਹੈ ਅੱਛਾ ਹੁੰਦੀ ਕੋਈ ਨਾਂ ਨਹੀਂ ਹੈ ਮਹੀਨੇ ਬਾਅਦ ਫਿਰ ਪਟੋ ਜਾਂਦੀ ਹੈ ਮਹੀਨੇ ਬਾਅਦ ਫਿਰ ਪਟੋ ਜਾਂਦੀ ਹੈ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਹੀ ਕਰਦੇ ਕਿ ਰੋਡ ਚੰਗਾ ਬਣਨਾ ਚਾਹੀਦਾ ਥੋੜਾ ਸਹੀ ਬਣਨਾ ਚਾਹੀਦਾ ਤੇ ਫੇਰ ਮੁੜ ਕੇ ਬਾਰਿਸ਼ ਆਈ ਅਗਰ ਫੇਰ ਪੁੱਟਿਆ ਗਿਆ ਤੇ ਫੇਰ ਫੇਰ ਗੌਰਮੈਂਟ ਦੀ ਪੜੀ ਨੂੰ ਲੈਕੀ ਹੈ ਸਰ ਫੇਰ ਗੌਰਮੈਂਟ ਹੈ ਹੀ ਨਹੀਂ ਕੰਮ ਦੀ ਤੇ ਹੁਣ ਠੇਕੇਦਾਰਾਂ ਨੂੰ ਕੰਮ ਹੀ ਨਹੀਂ ਠੀਕ ਕਰਕੇ ਦਿੰਦੇ ਹੈਗੇ ਠੀਕ ਹੈ ਤੇ ਤੋ ਜਾਂ ਫਿਰ ਜਿਹੜਾ ਪਾਣੀ ਪੈਂਦਾ ਰਹਿੰਦਾ ਹੈ ਜਾਂ ਇਹਦੇ ਸਾਈਡਾਂ ਦੇ ਨਾਲੀਆਂ ਬਣ ਰੋਡ ਵਿੱਚ ਪਾਣੀ ਨਾ ਆਏ ਕਿਉਂਕਿ ਇਹ ਕਾਫੀ ਏਰੀਆ ਹੈ ਜਿਹੜਾ ਮੀਰਾ ਸਾਹਿਬ ਮੇਨ ਬਾਜ਼ਾਰ ਦਾ ਜਿੱਥੇ ਹਜੇ ਤੱਕ ਡਿਵਾਈਡਰ ਤੱਕ ਨਹੀਂ ਬਣਿਆ ਨਾਲੀਆਂ ਤੱਕ ਨਹੀਂ ਬਣੀਆਂ ਉਥੇ ਸਟੇ ਲੱਗੇ ਦੇ ਨਾ ਸਟੇ ਰੁਪਏ ਦੇ ਸਟੇ ਲੱਗੇ ਦੇ ਨਾ ਜੇ ਤੋ ਤੁਸੀਂ ਦੇਖਿਆ ਕਿ ਕਿਵੇਂ ਸੜਕ ਦੇ ਹਾਲਾਤਾਂ ਨੂੰ ਦੇਖ ਕੇ ਹਰ ਕੋਈ ਬੰਦਾ ਜਿਹੜਾ ਹੈ ਉਹ ਪਰੇਸ਼ਾਨ ਹੈ ਸੜਕ ਜਿਹੜੀ ਹੈ ਏਡੀ ਮਾੜੀ ਹੋ ਚੁੱਕੀ ਹੈ ਮੀਰਾ ਸਾਹਿਬ ਮੇਨ ਬਾਜ਼ਾਰ ਦੀ ਸੜਕ ਹੈ
ਗੱਡੀਆਂ ਤੁਸੀਂ ਦੇਖ ਰਹੇ ਹੋ ਤੇ ਪੂਰਾ ਇਲਾਕਾ ਜੋ ਮੇਨ ਬਾਜ਼ਾਰ ਸ਼ੁਰੂ ਹੁੰਦਾ ਹੈ ਉੱਥੋਂ ਤੋਂ ਲੈ ਕੇ ਤੇ ਮੇਨ ਬਾਜ਼ਾਰ ਜਿਹੜਾ ਬੱਸ ਸਟਾਪ ਤੋਂ ਅੱਗੇ ਤੱਕ ਜੋ ਪੁਲਿਸ ਸਟੇਸ਼ਨ ਤੱਕ ਜਿਹੜੀ ਸੜਕ ਦੇ ਹਾਲਾਤ ਨੇ ਏਡੇ ਮਾੜੇ ਨੇ ਕਿ ਆਏ ਦਿਨ ਜਿਹੜਾ ਹੈ ਇੱਥੇ ਐਕਸੀਡੈਂਟ ਹੁੰਦੇ ਰਹਿੰਦੇ ਨੇ, ਖਾਸ ਕਰਕੇ ਟੂ ਵੀਲਰ ਜਿਹੜੇ ਨੇ ਉਹ ਇੱਥੇ ਇਹਨਾਂ ਸੜਕਾਂ ਦੇ ਵਿੱਚ ਜਿਹੜਾ ਨਾ ਜਿਸਲੇ ਗੱਡੀ ਤੋਂ ਲੈ ਕੇ ਜਾਂਦੇ ਨੇ ਤੇ ਟੂ ਵੀਲਰ ਖਾਸ ਕਰਕੇ ਜਿਹੜੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ। ਦੋ ਚਾਰ ਦਿਨ ਪਹਿਲਾਂ ਵੀ ਬਹੁਤ ਸਾਰੇ ਐਕਸੀਡੈਂਟ ਹੋਏ, ਲੇਕਿਨ ਕੱਲ ਤੋਂ ਪਰਸੋਂ ਤੋਂ ਜਿਹੜੀ ਇਹ ਬਾਰਿਸ਼ ਲੱਗੀ ਹੋਈ ਹੈ, ਮੀਂਹ ਪੈ ਰਿਹਾ, ਇਸ ਮੀਂਹ ਪੈਣ ਦੇ ਕਾਰਨ ਖੱਡੇ ਏਡੇ ਵੱਡੇ ਹੋ ਚੁੱਕੇ ਨੇ ਕਿ ਹਾਲਾਤ ਬਹੁਤ ਹੀ ਮਾੜੇ ਨੇ। ਇਹ ਹੈ ਮੀਰਾ ਸਾਹਿਬ ਮੇਨ ਬਾਜ਼ਾਰ, ਜਿਵੇਂ ਤੁਸੀਂ ਦੇਖ ਰਹੇ ਹੋ ਕਿ ਗੱਡੀਆਂ ਕਿਵੇਂ ਆ ਰਹੀਆਂ ਨੇ, ਦੇਖ ਰਹੇ ਹੋ ਕਿ ਕਿਸ ਤਰੀਕੇ ਦੇ ਨਾਲ ਗੱਡੀਆਂ ਜਿਹੜੀਆਂ ਨੇ ਖੱਡੇ ਦੇ ਵਿੱਚੋਂ ਨਿਕਲ ਰਹੀਆਂ ਨੇ ਔਰ ਪੂਰੇ ਮੀਰਾ ਸਾਹਿਬ ਦੇ ਬਾਜ਼ਾਰ ਦੇ ਵਿੱਚ ਬਹੁਤ ਸਾਰੇ ਜਿਹੜੇ ਨੇ ਇਹ ਖੱਡੇ ਪੈ ਚੁੱਕੇ ਨੇ। ਸਿਰਫ ਇੱਕ ਮੀਂਹ ਪੈਣ ਦੇ ਨਾਲ ਹਾਲਾਤ ਏਡੇ ਮਾੜੇ ਹੋ ਚੁੱਕੇ ਨੇ ਕਿ ਗੱਡੀਆਂ ਦਾ ਲੰਘਣਾ ਵੀ ਇੱਥੋਂ ਜਿਹੜਾ ਹੈ ਉਹ ਔਖਾ ਹੋ ਚੁੱਕਿਆ ਹੈ। ਬਹੁਤ ਹੀ ਬੁਰੇ ਹਾਲਾਤ ਨੇ, ਖਾਸ ਕਰਕੇ ਦੁਪਹੀਆ ਵਾਹਨ ਜਿਹੜੇ ਨੇ ਉਹ ਇੱਥੋਂ ਬੜੇ ਹੀ ਔਖੇ ਹੋ ਕੇ ਲੰਘ ਰਹੇ ਨੇ ਤੇ ਜਿਹੜੀਆਂ ਛੋਟੀਆਂ ਗੱਡੀਆਂ ਨੇ, ਛੋਟੀਆਂ ਚਾਰ ਚੱਕੇ ਵਾਲੀਆਂ ਗੱਡੀਆਂ, ਉਹ ਵੀ ਬੜੇ ਮਾੜੇ ਹਾਲਾਤ ਨਾਲ ਤੇ ਖੱਡਿਆਂ ਦੇ ਵਿੱਚ ਥੱਲੇ ਲੱਗ ਜਾਂਦੀਆਂ ਨੇ। ਪਰ ਇਹ ਸਰਕਾਰੀ ਵਾਹਨ ਜਿਹੜੇ ਨਵੇਂ ਚੱਲੇ ਨੇ, ਇੱਕ ਇਹੋ ਜਿਹੀ ਸੜਕ ਰਹੀ ਤਾਂ ਪਤਾ ਨਹੀਂ ਕਿੰਨੀ ਕੁ ਦੇਰ ਤੱਕ ਇਹ ਨਵੇਂ ਰਹਿਣਗੇ। ਲੱਗਦਾ ਨਹੀਂ ਕਿ ਜੇ ਸੜਕ ਦੇ ਹਾਲਾਤ ਇਹੋ ਹੀ ਰਹੇ ਤੇ ਇਹ ਨਵੇਂ ਰਹਿਣਗੇ। ਬੜੇ ਹੀ ਮਾੜੇ ਹਾਲਾਤ ਨੇ ਸੜਕ ਦੇ ਔਰ ਸਰਕਾਰ ਨੇ ਜੋ ਇਹ ਹਾਲਾਤ ਮਾੜੇ ਕੀਤੇ ਹੋਏ ਨੇ, ਕਹਿਣ ਦੇ ਮੁਤਾਬਕ ਜੋ ਕਿ ਲੋਕੀ ਕਹਿ ਰਹੇ ਨੇ ਇੱਥੇ ਕਿ ਸਰਕਾਰ ਵੱਲੋਂ ਇਹਨੂੰ ਹਰ ਵਾਰ ਬਣਾਇਆ ਜਾਂਦਾ ਹੈ ਮਗਰ ਹਰ ਵਾਰ ਇਹ ਸੜਕ ਜਿਹੜੀ ਹੈ ਉਹ ਟੁੱਟ ਜਾਂਦੀ ਹੈ। ਕਿਸ ਤਰ੍ਹਾਂ ਦਾ ਮਟੀਰੀਅਲ, ਕਿਸ ਤਰ੍ਹਾਂ ਦਾ ਜਿਹੜਾ ਸਮਾਨ ਇਹਦੇ ਵਿੱਚ ਯੂਜ਼ ਕੀਤਾ ਜਾਂਦਾ ਹੈ, ਤੁਸੀਂ ਦੇਖ ਰਹੇ ਹੋ ਕਿ ਹਾਲਾਤ ਬਹੁਤ ਹੀ ਗੰਭੀਰ ਹੋ ਚੁੱਕੇ ਨੇ ਕਿਉਂਕਿ ਇਹ ਖੱਡੇ ਨਹੀਂ, ਇਹ ਇੱਕ ਮੌਤ ਦਾ ਕਾਰਨ ਵੀ ਜਿਹੜਾ ਹੈ ਉਹ ਕਿਸੇ ਦੇ ਲਈ ਬਣ ਸਕਦੇ ਨੇ ਕਿਉਂਕਿ ਦੁਪਹੀਆ ਵਾਹਨ ਜਿਹੜੇ ਨੇ ਇੱਕਦਮ ਜਿਸ ਵੇਲੇ ਇਸ ਖੱਡਿਆਂ ਦੇ ਵਿੱਚੋਂ ਨਿਕਲਦੇ ਨੇ ਤੇ ਉਹਨਾਂ ਨੂੰ ਐਡਾ ਵੱਡਾ ਝਟਕਾ ਲੱਗਦਾ ਹੈ ਕਿ ਉਹ ਡਿੱਗ ਵੀ ਸਕਦੇ ਨੇ ਔਰ ਡਿੱਗਣ ਦੇ ਨਾਲ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਅਗਰ ਕੱਲ੍ਹ ਨੂੰ ਕਿਸੇ ਦੀ ਜਾਨ ਇਹਨਾਂ ਖੱਡਿਆਂ ਦੇ ਵਿੱਚ ਡਿੱਗ ਕੇ ਜਾਂਦੀ ਹੈ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ, ਇਹ ਸਰਕਾਰ ਨੂੰ ਜਿਹੜਾ ਹੈ ਉਹ ਦੱਸਣਾ ਪਵੇਗਾ। ਕੋਈ ਖਤਰਾ ਨਹੀਂ, ਕੋਈ ਖਤਰਾ ਨਹੀਂ ਹੈ, ਹੁਣ ਗੱਡੀ ਆ ਗਈ ਹੈ, ਹੁਣ ਇਹ ਟੁੱਟੀ ਲੈ ਗੱਡੀ